ਸਾਤਰੀਏ ਕਾਲ ਜੀ ਵੈਲਕਮ ਆ ਜੀ ਵੀਡੀਓ ਦੇ ਵਿੱਚ ਤੇ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ 사우ਦੀ ਅਰਬ ਦੀ ਵੀਡੀਓ ਆ ਇਹ 사우ਦੀ ਅਰਬ ਦੇ ਵਿੱਚ ਮੁਹੰਮਦ ਮੁਸਲਮਾਨਾਂ ਦਾ ਇੱਕ ਮੁੰਡਾ ਜਿਹੜਾ ਆਲੀ ਰਿਸਕ ਨਾਂ ਦੇ ਕਬੀਲੇ ਦੇ ਨਾਲ ਸੰਬੰਧ ਰੱਖਦਾ ਸੀ ਤੇ ਉਹਦੇ ਕੋਲੋਂ ਚੌੜ-ਚੌੜ ਦੇ ਵਿੱਚ ਜਵਾਨੀ ਦੇ ਵਿੱਚ 26 ਸਾਲ ਦੀ ਉਮਰ ਆ ਨਾਂ ਸਮਝੀ ਦੇ ਵਿੱਚ ਆਪਣੇ ਚਚੇਰੇ ਭਰਾ ਦਾ ਜਿਹੜਾ ਆ ਉਹ ਕਤਲ ਹੋ ਜਾਂਦਾ ਹੈ ਕਤਲ ਹੋਣ ਤੋਂ ਬਾਅਦ ਕਹਿੰਦੇ ਆ ਕਿ ਮੁੰਡੇ ਨੂੰ ਜਿਹੜੀ ਆ ਉਹ ਸਜਾਈ ਮੌਤ ਹੋ ਜਾਂਦੀ ਹੈ ਉਹ ਮਤਲਬ ਖਾਨਦਾਨ ਦਾ ਕੱਲਾ ਕੱਲਾ ਮੁੰਡਾ ਸੀ ਤੇ ਜਿੰਨਾਂ ਦਾ ਮਰਿਆ ਸੀ ਉਹਨਾਂ ਦਾ ਵੀ ਕਹਿੰਦੇ ਕੱਲਾ ਕੱਲਾ ਇਹ ਮੁੰਡਾ ਸੀ ਇਸ ਕਰਕੇ ਉਹ ਮਤਲਬ ਇੰਨੇ ਜ਼ਿਆਦਾ ਉਹਨਾਂ ਨੇ ਭੱਜ ਦੌੜ ਕੀਤੀ ਕਿ ਇਹਨੂੰ ਮਾਫੀ ਮਿਲ ਜਾਏ ਮਾਫੀ ਮਿਲ ਜਾਏ ਤੇ ਪਰ ਹੁਣ ਜਿਹੜੇ ਮੁੰਡਾ ਖਾਨਦਾਨ ਦਾ ਮਰਿਆ ਵਾ ਉਹਨੂੰ ਪਤਾ ਹੈ ਕਿ ਸਾਡੇ ਤੇ ਕੀ ਬੀਤਦੀ ਉਹ ਉਹਨਾਂ ਨੂੰ ਵੀ ਇਹੋ ਦਰਦ ਦੇ ਵਿੱਚ ਨੰਗਾਉਣਾ ਚਾਹੁੰਦੇ ਆ ਤੇ ਜਦੋਂ ਉਹਨੂੰ ਮੌਤ ਹੀ ਸਜ਼ਾ ਹੋ ਜਾਂਦੀ ਹੈ ਤੇ ਉਹ ਜਿਹੜਾ ਖਾਨਦਾਨ ਸਾਰਾ ਉਹ ਉਹ ਮੁੰਡੇ ਦੇ ਘਰ ਜਾਂਦਾ ਜਿਹਦਾ ਕਤਲ ਹੋਇਆ ਹੁੰਦਾ ਹੈ ਤੇ ਉੱਥੇ ਜਾ ਕੇ ਉਹਨਾਂ ਦੇ ਘਰ ਗੋਡਿਆਂ ਭਾਰ ਹੁੰਦੇ ਆ ਹੋਰ ਵੀ ਆਪਣੇਲੇ ਲਾਗੇ ਸ਼ਾਗਿਰ ਦੇ ਬੰਦੇ ਉਹਨਾਂ ਨੂੰ ਲੈ ਕੇ ਜਾਂਦੇ ਆ ਬੱਚਿਆਂ ਨੂੰ ਲੈ ਕੇ ਜਾਂਦੇ ਆ ਕਿੰਨਾ ਕਿ ਰਿਕੁਐਸਟ ਕਰੋ ਗੋਡਿਆਂ ਭਾਰੋ ਜਿਹੜੀ ਇੱਜ਼ਤ ਆ ਪਾਗ ਗਿਆ ਜਾਂ ਜਿਹੜੇ ਉਹਨਾਂ ਪਹਿਣੇ ਜੁੰਬੇ ਆ ਉਹ ਸਾਰੇ ਹੀ ਲਾ ਕੇ ਇਕੱਠੇ ਕਰਕੇ ਤੇ ਪਰਿਵਾਰ ਦੇ ਅੱਗੇ ਬਿਲਕੁਲ ਨਹੀਂ ਮਤਲਬ ਕਿ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਆ ਤੇ ਪਰ ਇਹ ਕਿ ਪਰਿਵਾਰ ਜਿਹੜਾ ਜਿਹਦਾ ਕਤਲ ਹੋਇਆ ਹੁੰਦਾ ਉਹਨਾਂ ਨੂੰ ਮਤਲਬ ਮਤ ਬਦਲੇ ਮੋਹਦਾਨਾ ਨੇ ਆਪਣੇ ਮੰਚ 'ਤੇ ਆ ਰਹਿਆਂ ਦਾ ਉਹ ਮੰਨਣ ਲਈ ਤਿਆਰ ਨਹੀਂ ਆ ਤੇ ਜਦੋਂ ਇਹ ਖਬਰ ਜਿਹੜੀ ਆ ਉਥੋਂ ਦੇ ਰਾਜੇ ਨੂੰ ਪਤਾ ਲੱਗਦੀ ਆ ਕਿਉਂਕਿ ਇੰਟਰਨੈਟ ਤੇ ਵਾਇਰਲ ਹੋ ਗਈ ਆ ਰਾਜੇ ਨੂੰ ਜਾਂ ਉਥੋਂ ਦੇ ਸੋਸ਼ਲ ਮੀਡੀਆ ਨੂੰ ਤੇ ਮੀਡੀਆ ਰਸਤੇ ਸਾਰਿਆਂ ਨੂੰ ਪਤਾ ਲੱਗਣਾ ਹੀ ਆ ਜਦੋਂ ਇੰਟਰਨੈਟ ਤੇ ਵਾਇਰਲ ਹੋ ਗਈ ਤੇ ਸਾਰੀ ਦੁਨੀਆ ਵੇਖਣ ਦੀ ਆ ਕਿ ਇੰਨਾ ਵੱਡਾ ਵਾਕਿਆ ਹੋ ਗਿਆ ਤੇ ਸਾਰਿਆਂ ਦੇ ਮਨ 'ਚ ਇੱਕੋ ਹੀ ਗੱਲ ਹੀ ਆ ਕਿ ਇਹਨੂੰ ਮਾਫ ਕਰ ਦਿਓ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਕੰਡੀਸ਼ਨ ਵੇਖ ਕੇ ਸਾਰਿਆਂ ਨੂੰ ਇਹ ਮੰਝ ਹੀ ਕਿ ਮਾਫ ਕਰ ਦਿੱਤਾ ਜਾਵੇ ਜਲਨ ਜਾਣੇ ਚ ਗਲਤੀਆਂ ਕੀ 26 ਸਾਲ ਦੀ ਉਮਰ ਹੈ ਛੋੜ ਛੋੜ ਚ ਹੋ ਗਿਆ ਹੁਣ ਤੇ ਉਹਨੂੰ ਮਾਫ ਕਰ ਦਿੱਤਾ ਜਾਵੇ ਬਲੱਡ ਮੰਨੀ ਲੈ ਲੋ ਜਾਂ ਜੋ ਵੀ ਤਾਂ ਜਿਹੜੇ ਵੀ ਤਰੀਕੇ ਨਾਲ ਮਾਫੀਆਂ ਤੇ ਉਹ ਕਿੰਨੇ ਤਰੀਕੇ ਨਾਲ ਮੰਗੇ ਆ ਉਹਨਾਂ ਨੇ ਆਪਣੇ ਕੱਪੜੇ ਲਾ ਕੇ ਆਪਣੇ ਸਿਰ ਚ ਖੇ ਵੀ ਪਾਈ ਬੜੇ ਤਰੀਕੇ ਨਾਲ ਮਾਫੀਆਂ ਮੰਗੀਆਂ ਪਰ ਉਹ ਜਿਹੜਾ ਜਿਹੜੇ ਮੁੰਡੇ ਦਾ ਕਤਲਿਆਂ ਦਾ ਉਹ ਪਰ ਉਹ ਪਰਿਵਾਰ ਦੇਤੇ ਕੋਈ ਵੀ ਅਸਰ ਨਹੀਂ ਹੁੰਦਾ ਸਾਰਾ ਮੁਲਕ ਉਥੋਂ ਦਾ ਰਾਜਾ ਉਥੋਂ ਦਾ ਮੀਡੀਆ ਜਿਹੜੀ ਚੀਜ਼ ਚਾਹੁੰਦਾ ਹੈ ਕਿ ਇਹਨੂੰ ਮਾਫੀ ਮਿਲ ਜੇ ਉਹ ਚੀਜ਼ ਨਹੀਂ ਹੋਈ ਉਹ ਪਰਿਵਾਰ ਨਹੀਂ ਮੰਨਿਆ ਤੇ ਆਖਰ ਉਹ ਹੋ ਦੇਣਾ ਆ ਜਾਂਦਾ ਦੀ ਜਦਨ ਉਹ ਮੁੰਡੇ ਮੁਹੰਮਦ ਮੁਸਲ ਨੂੰ ਸਜ਼ਾ ਮੌਤ ਦੀ ਸਜ਼ਾ ਹੋਣੀ ਹੈ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਆ ਉਥੋਂ ਦੇ ਮੀਡੀਆ ਨੂੰ ਬੁਲਾਇਆ ਜਾਂਦਾ ਤੇ ਸਾਰੇ ਆ ਸਾਹਮਣੇ ਜਿਹੜੇ ਮਤਲਬ ਕਿ ਗੱਲ ਦਾ ਡਰ ਹੁੰਦਾ ਸਾਰੇ ਮੁਲਕ ਨੂੰ ਉਹ ਹੋ ਜਾਂਦਾ ਹੈ ਉਹਨੂੰ ਮਹਾਂਸੀ ਦੀ ਸਜ਼ਾ ਉਹ ਆਂਦੇ ਨੂੰ ਟੰਗ ਦਿੰਦੇ ਆ ਜੀ ਫਾਂਸੀ ਤੇ ਉਹ ਮੁਹੰਮਦ ਮੁਸਲ ਛੱਡ ਜਾਂਦਾ ਜੀ ਪਿਛੇ ਰੋਂਦਾ ਪਰਿਵਾਰ ਤੇ ਚੋੜ-ਚੋੜ ਦੇ ਵਿੱਚ ਹੋਏ ਗੁਨਾਹ ਦਾ ਜਿਹੜਾ ਉਹ ਕਿੱਡਾ ਵੱਡਾ ਖਮਾਜਾ ਉਹਦੇ ਪਰਿਵਾਰ ਨੂੰ ਭੁਗਤਣਾ ਪਿਆ ਤੇ ਕੰਪੇਅਰ ਕਰਦੇ ਆਪ ਆਪਣੇ ਦੇਸ਼ ਦੇ ਕਾਨੂੰਨ ਨਾਲ ਗੱਲ ਕਰਾਂਗੇ ਤੇ ਵੱਡੀ ਹੋ ਜਾਣੀ ਐ ਇਸ ਕਰਕੇ ਜੇ ਵੀਡੀਓ ਤੁਹਾਨੂੰ ਸਹੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਅੱਗੇ ਸ਼ੇਅਰ ਕਰਿਓ ਧੰਨਵਾਦ ਕਰਦਿਆਂ ਜੀ ਤੁਹਾਡਾ ਵੀਡੀਓ ਵੇਖਣ ਲਈ ਤੇ ਮੇਰੀਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਡੇ ਮਤਲਬ ਲਾਈਕ ਸ਼ੇਅਰ ਕਮੈਂਟ ਦੇ ਨਾਲ ਮੈਨੂੰ ਉਤਸ਼ਾਹ ਜਿਆ ਮਿਲਦਾ ਹੈ ਕਿ ਮੇਰੀਆਂ ਵੀਡੀਓ ਕੋਈ ਪਸੰਦ ਕਰਦਾ ਹੈ